ਅਜੀਤ ਵੈਬ ਟੀਵੀ ਦੇ ਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਇਸ ਵੇਲੇ ਦੀ ਜੋ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਜੋ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇਪੜੇ ਚੜੀਆਂ ਸਨ ਉਹਨਾਂ ਦੇ ਅੱਜ ਨਤੀਜਿਆਂ ਦਾ ਦਿਨ ਆ ਚੁੱਕਾ ਹੈ ਇਸ ਸਮੇਂ ਅਸੀਂ ਜ਼ਿਲ੍ਹਾ ਗਰਦਾਸਪੁਰ ਵਿਖੇ ਮੌਜੂਦ ਹਾਂ ਅਤੇ ਗਰਦਾਸਪੁਰ ਵਿਖੇ ਸੁਖਜਿੰਦਰਾ ਕਾਲਜ ਹੈ ਜਿੱਥੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹੋਈਆਂ ਸੀ ਜਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਜੋ ਵਿਧਾਨ ਸਭਾ ਹਲਕੇ ਜਿੰਨਾਂ ਵਿੱਚ ਅਸੀਂ ਗੱਲ ਕਰ ਲੈਨੇ ਆ ਗੁਰਦਾਸਪੁਰ ਦੀ ਦੀਨਾ ਨਗਰ ਦੀ ਕਾਦੀਆਂ ਦੀ ਸ੍ਰੀ ਹਰਗੋਬਿੰਦਪੁਰ ਬਟਾਲਾ ਫਤਿਹਗੜ ਚੂੜੀਆਂ ਤੇ ਡੇਰਾ ਬਾਬਾ ਨਾਨਕ ਦੀ ਇਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਜੋ ਈਵੀਐਮ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਵਿੱਚ ਜੋ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਬੰਦ ਪਈ ਹੈ ਉਹ ਇਨ੍ਹਾਂ ਸੈਂਟਰਾਂ ਦੇ ਵਿੱਚ ਈਵੀਐਮ ਮਸ਼ੀਨਾਂ ਪਈਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਜਿੱਥੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦਾ ਸਟਰੋਂਗ ਰੂਮ ਬਣਿਆ ਹੋਇਆ ਹੈ ਅਸੀਂ ਉਸ ਦੇ ਸਾਹਮਣੇ ਮੌਜੂਦ ਹਾਂ ਡੇਰਾ ਬਾਬਾ ਨਾਨਕ ਦੀਆਂ ਜੋ ਈਵੀਐਮ ਮਸ਼ੀਨਾਂ ਹਨ ਉਹ ਇਸ ਸਟਰੋਂਗ ਰੂਮ ਦੇ ਵਿੱਚ ਪਈਆਂ ਹਨ ਅਤੇ ਇਸ ਬਿਲਡਿੰਗ ਦੇ ਅੰਦਰ ਹੀ ਅੱਜ ਜੋ ਕੋਸ ਸਮੇਂ ਤੱਕ ਜਿਹੜੀ ਵੋਟਾਂ ਦੀ ਗਿਣਤੀ ਹੋਵੇਗੀ ਇੱਥੇ ਜਿਹੜੇ ਉਮੀਦਵਾਰ ਕੁਝ ਪਹੁੰਚ ਚੁੱਕੇ ਹਨ ਉਹ ਕਾਊਂਟਿੰਗ ਸੈਂਟਰਾਂ ਦੇ ਅੰਦਰ ਪਹੁੰਚ ਗਏ ਤੇ ਇਸੇ ਤਰ੍ਹਾਂ ਜਿਸ ਤਰੀਕੇ ਦੇ ਨਾਲ ਇੱਥੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਲਈ ਕਾਊਂਟਿੰਗ ਸੈਂਟਰ ਬਣਿਆ ਇਸੇ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਹੋਰ ਛੇ ਵਿਧਾਨ ਸਭਾ ਹਲਕਿਆਂ ਜਿੱਥੇ ਗੁਰਦਾਸਪੁਰ ਦੀ ਗੱਲ ਕਰਦੇ ਆ ਫਤਿਹਗਰ ਚੂੜੀਆਂ ਦੀ ਗੱਲ ਕਰਦੇ ਆ ਅਤੇ ਉਸ ਦੇ ਨਾਲ ਹੀ ਕਾਦੀਆਂ ਸ਼੍ਰੀ ਹਰਗੋਬਿੰਦਪੁਰਾ ਤੇ ਗੁਰਦਾਸਪੁਰ ਤੇ ਦੀਨਾ ਨਗਰ ਵਿਧਾਨ ਸਭਾ ਹਲਕਿਆਂ ਦੀ ਵੀ ਇਸੇ ਤਰੀਕੇ ਦੇ ਨਾਲ ਵੱਖ-ਵੱਖ ਬਿਲਡਿੰਗਾਂ ਦੇ ਵਿੱਚ ਜਿਹੜੀਆਂ ਮ ਜਿਹੜੀ ਆ ਉੱਥੇ ਕਾਊਂਟਿੰਗ ਸ਼ੁਰੂ ਹੋ ਜਾਵੇਗੀ ਅਤੇ ਇਸ ਕਾਊਂਟਿੰਗ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇंदे ਜਿਹੜੇ ਸ਼ਾਮਲ ਹੋਏ ਹਨ ਅਤੇ ਉਹਨਾਂ ਦੇ ਏਜੰਟ ਵੀ ਇੱਥੇ ਪਹੁੰਚੇ ਹੋਏ ਹਨ ਜਿਨ੍ਹਾਂ ਦੇ ਮਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਕਿਉਂਕਿ ਹਰ ਪਾਰਟੀ ਦੇ ਨੁਮਾਇंदे ਦੀ ਹਰ ਪਾਰਟੀ ਦੇ ਵਰਕਰ ਦੀ ਇਹ ਚਾਹਤ ਹੁੰਦੀ ਹੈ ਕਿ ਉਹਨਾਂ ਦਾ ਲੇਟਰ ਲੀਡਰ ਜਿੱਤੇ ਹਰ ਦੇ ਨਾਲ ਇੱਥੇ ਜਿਹੜੇ ਕਾਊਂਟਿੰਗ ਸੈਂਟਰ ਵਿੱਚ ਕੁਝ ਪਾਰਟੀਆਂ ਦੇ ਨੁਮਾਇंदे ਮੌਜੂਦ ਆਏ ਹਨ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹ ਅੱਜ ਕੇਸ ਨਿਸ਼ਚੇ ਦੇ ਨਾਲ ਇੱਥੇ ਪਹੁੰਚ ਪੱਕੀ ਨਾ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ। ਇਹ ਕਿਹੜੀ ਪਾਰਟੀ ਤੋਂ ਤੁਸੀਂ? ਸ਼ਰੋਮਨੀ ਕਾਲੀ ਸਰਪੰਚ। ਤੇ ਇਹ ਵਿਧਾਨ ਸਭਾ ਹਲਕਾ ਕਿਹੜਾ ਤੁਹਾਡਾ? ਡੇਰਾ ਪਾਪਾ ਨਾਨਕ। ਤੇ ਕਿਸ ਤਰੀਕੇ ਦਾ ਰੁਝਾਨ ਤੁਹਾਡੇ ਡੇਰੇ ਪਾਪਾ ਮੇਨ ਰੱਖੀਓ ਅੱਜ ਆਉਣ ਵਾਲਾ? ਬਹੁਤ ਵਧੀਆ ਜੀ ਬਹੁਤ ਵਧੀਆ ਜਾਨਾ ਬੜਾ ਉਤਸ਼ਾਹ ਵਾ ਬੜੇ ਲੋਕ ਐਕਸਾਈਟਡ ਆ। ਤੇ ਕਿਹੜੇ ਉਮੀਦਵਾਰ ਸੀ ਉੱਥੋਂ ਵਿਧਾਨ ਸਭਾ ਹਲਕਾ ਡੇਰਾ ਪਾਪਾ ਨਾਨਕ ਤੋਂ? ਸ਼ਰੋਮਨੀ ਕਾਲਦੇ ਸਰਦਾਰ ਰਵੀ ਕੰਤ ਸਿੰਘ ਕਾਲੋ। ਠੀਕ ਹੈ ਤੇ ਤੁਸੀਂ ਵੋਟਾਂ ਦੇ ਵਿੱਚ ਵਿਚਰੇ ਹੋਗੇ ਤੇ ਕਿਸ ਤਰੀਕੇ ਦਾ ਲੋਕਾਂ ਦੇ ਜਿਹੜੇ ਰੁਝਾਨ ਲੋਕਾਂ ਦੇ ਮਨ ਦਾ ਕਿਉਂਕਿ ਇੱਕ ਬਹੁਤ ਹੀ ਸੰਜੀਦਗੀ ਵਾਲਾ ਅੱਜ ਸਮਾਂ ਆ ਗਿਆ ਵਾ ਕਿ ਜਿਹੜੀਆਂ ਚੋਣਾਂ ਆਜ ਉਹਨਾਂ ਦੀ ਗਿਣਤੀ ਦਾ ਸਮਾਂ ਜਿਹੜਾ ਮੁੱਕ ਚੁੱਕਾ ਜਿਹੜੀਆਂ ਤੜਕਣਾ ਜਿਹੜੇ ਉਮੀਦਵਾਰਾਂ ਦੇ ਤੇ ਨੇ ਕਿ ਕਿ ਵਰਕਰਾਂ ਦੀਆਂ ਵੀ ਧੜਕਣਾਂ ਤੇਜ਼ ਹੈ ਕਿ ਸਪਸ਼ਟ ਵਹਿ ਕਿ ਗਿਣਤੀ ਦੇ ਵਿੱਚ ਤੁਹਾਨੂੰ ਬਹੁਤ ਮਿਲਣ ਵਾਲਾ ਜਾਂ ਤੁਹਾਨੂੰ ਜਿੱਤ ਮਿਲਣ ਵਾਲੀ ਹੈ ਨਹੀਂ ਜੀ ਇਸ ਵਾਰ ਇਲੈਕਸ਼ਨ ਕੁਝ ਅਲੱਗ ਹੀ ਆ ਇਰਕਾ ਹਰ ਵਰਕਰ ਦਾ ਹਰ ਜਿਹੜਾ ਕੈਂਡੀਡੇਟ ਆ ਉਹਦਾ ਤੇ ਹੈ ਹੀ ਹੈ ਵਾ ਵਰਕਰ ਦਾ ਵੀ ਬੜਾ ਉਤਸ਼ਾਹ ਵਰਕਰ ਨੂੰ ਵੀ ਬੜੀ ਆਸ ਆ ਜਿੱਦਾਂ ਜਿਵੇਂ ਕਿ ਅਸੀਂ ਆਏ ਆ ਪੋਲਿੰਗ ਜੈਂਟ ਪੋਲਿੰਗ ਜੈਂਟਾਂ ਅਕਾਊਂਟਿੰਗ ਜੈਂਟਾਂ ਬਣ ਕੇ ਤੇ ਸਾਨੂੰ ਵੀ ਬੜਾ ਉਤਸ਼ਾਹ ਵਾ ਸਾਨੂੰ ਆਸ ਆ ਕਿ ਅਸੀਂ ਇੱਥੋਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹੋਰ ਨਾ ਪਾਰਟੀਆਂ ਦੇ ਵਿੱਚ ਇੱਥੇ ਇਹ ਨਮਾਇਦੇ ਪਹੁੰਚ ਰਹੇ ਹਨ ਕਾਊਂਟਿੰਗ ਏਜੰਟ ਪਹੁੰਚ ਰਹੇ ਹਨ ਅਸੀਂ ਤੁਹਾਨੂੰ ਨਾਲ-ਨਾਲ ਇੱਥੋਂ ਦੀ ਜਾਣਕਾਰੀ ਦਿੰਦੇ ਰਵਾਂਗੇ ਕਿ ਵੱਖ-ਵੱਖ ਪਾਰਟੀਆਂ ਦੇ ਇੱਥੇ ਜਿਹੜੇ ਨਮਾਇਦੇ ਪਹੁੰਚੇ ਹਨ ਹੋਰ ਵੀ ਇੱਥੇ ਕਾਊਂਟਿੰਗ ਏਜੰਟ ਇੱਥੇ ਪਹੁੰਚ ਰਹੇ ਹਨ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਜਿਹੜੀ ਅੱਜ ਵੇਖਣ ਵਾਲੀ ਗੱਲ ਹੈ ਕਿ ਜੋ ਪੰਜਾਬ ਦੇ ਵਿੱਚ ਜਿਹੜੇ ਐਗਜ਼ਿਟ ਪੋਲ ਵੀ ਜਿਹੜੇ ਆਏ ਸਨ ਉਹਨਾਂ ਦੇ ਵਿੱਚ ਕੁਝ ਪਾਰਟੀਆਂ ਨੂੰ ਜਿਹੜਾ ਵਾ ਸਪਸ਼ਟ ਬਹੁਮਤ ਦਿੱਤਾ ਨੀ ਪੱਧਰ ਤੇ ਜੇਕਰ ਗੱਲ ਕੀਤੀ ਜਾਵੇ ਜਮਿਨੀ ਪੱਧਰ ਤੇ ਜੋ ਅੱਜ ਦੇ ਨਤੀਜੇ ਆਉਣਗੇ ਉਹ ਤਾਂ ਕੁਝ ਸਮੇਂ ਬਾਅਦ ਜਿਹੜਾ 8 ਵਜੇ ਅੱਜ ਜਿਹੜੀਆਂ ਗਿਣਤੀ ਸ਼ੁਰੂ ਹੋ ਗਈ ਉਹ ਮਸ਼ੀਨਾਂ ਦੇ ਵਿੱਚ ਜੋ ਵੋਟਰਾਂ ਵੱਲੋਂ ਆਪਣਾ ਉਤਸ਼ਾਹ ਦਿਖਾਇਆ ਗਿਆ ਹੈ ਜੋ ਉਹਨਾਂ ਵੱਲੋਂ ਜਿਸ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ VOTING ਕੀਤੀ ਹੈ ਉਹ ਤੇ ਆਉਣ ਵਾਲਾ ਸਮਾਂ ਕੁਝ ਸਮੇਂ ਬਾਅਦ ਹੀ ਪਤਾ ਲੱਗੇਗਾ ਪਰ ਜਿਹੜਾ ਵੋਟਰਾਂ ਦੇ ਵਿੱਚ ਜਿਹੜਾ ਉਤਸ਼ਾਹ ਜੋ ਉਹਨਾਂ ਦੇ ਉਮੀਦਵਾਰ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਵੋਟਾਂ ਪਾਈਆਂ ਨੇ ਕਾਊਂਟਿੰਗ ਜੰਡੇ ਇੱਥੇ ਪਹੁੰਚ ਰਹੇ ਹਨ ਤਮਾਮ ਜਿਹੜੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਇੱਥੇ ਵੱਖ-ਵੱਖ ਜਿਹੜੀ ਚੈਕਿੰਗ ਵਾਸਤੇ ਸੈਂਟਰ ਬਣਾਏ ਗਏ ਹਨ ਪ੍ਰਬੰਧ ਉਮੀਦਵਾਰਾਂ ਵਾਸਤੇ ਵੱਖਰੇ ਪ੍ਰਬੰਧ ਕੀਤੇ ਗਏ ਨੇ ਬੈਠਣ ਵਾਸਤੇ ਪਾਰਕਿੰਗ ਉਹਨਾਂ ਲਈ ਵੱਖਰੀ ਕੀਤੀ ਗਈ ਹੈ ਇਦਵਾਰ ਇੱਥੇ ਪਹੁੰਚ ਰਹੇ ਹਨ ਉਹਨਾਂ ਨੂੰ ਜਿਹੜੀ ਸਹੀ ਤੇ ਸਪਸ਼ਟ ਜਾਣਕਾਰੀ ਮਿਲ ਸਕੇ ਹੋਰ ਵੀ ਸੜਨਾਲੇ ਇੱਥੇ ਮੌਜੂਦ ਕੁਝ ਵਰਕਰ ਪਹੁੰਚੇ ਨੇ ਸੀ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਭਾਜੀ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਇਹ ਆਪਣੇ ਕਾਲੀ ਦਲ ਨਾਲ ਅੱਛਾ ਤਾਂ ਕਿਸ ਤਰੀਕੇ ਦੇ ਰੁਝਾਨ ਆਉਣ ਦੀ ਸੰਭਾਵਨਾ ਹੈ ਤੁਹਾਨੂੰ ਬਹੁਤ ਵਧੀਆ ਰੁਝਾਨ ਆਉਣ ਦੀ ਸੰਭਾਵਨਾ ਹੈ ਘੱਟੋ ਘੱਟ ਵੀ ਤੇ 10000 ਮਤਲਬ ਵੋਟ ਦੇ ਦਿਤਾਂਗੇ ਬਿਲਕੁਲ ਜੀ ਜਿਹੜਾ ਵਰਕਰ ਹਲਕਾ ਡੇਰਾ ਬਣਾਣ ਦਾ ਬਿਲਕੁਲ ਹਲਕਾ ਡੇਰਾ ਬਾਬਾ ਨਾਨਕ ਦੇ ਜਿਹੜਾ ਕਾਊਂਟਿੰਗ ਸੈਂਟਰ ਤੇ ਅਸੀਂ ਖਲੋਤਿਆਂ ਤੇ ਉਹਨਾਂ ਦੇ ਜਿਹੜੇ ਸ਼੍ਰੋਮਣੀ ਕਾਲੀਦਾਲ ਦੇ ਵਰਕਰੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਵੱਡੀ ਲੀਡ ਦੇ ਨਾਲ ਉਹ ਜਿੱਤ ਦਾ ਦਾਵਾ ਕਰ ਰਹੇ ਹਨ ਪਰ ਜੋ ਮਸ਼ੀਨਾਂ ਦੇ ਵਿੱਚ ਬੰਦ ਹੈ ਉਹ ਕੁਝ ਸਮੇਂ ਤੱਕ ਮਸ਼ੀਨਾਂ ਦੇ ਵਿੱਚੋਂ ਬਾਹਰ ਆ ਜਾਏਗਾ ਤੇ ਹੌਲੀ-ਹੌਲੀ ਸਥਿਤੀ ਜਿਹੜੀ ਸਪਸ਼ਟ ਹੋਣ ਲੱਗ ਪਵੇਗੀ ਸਹਿਯੋਗੀਕਰਨ ਨਾਲ ਅਵਤਾਰ ਸਿੰਘ ਰੰਦਾਵ ਦੇ ਨਾਲ ਗੁਰਸ਼ਰਨਜੀਤ ਸਿੰਘ ਪੁਰੇਵਾਲ ਅਜੀਤ ਵੈਬ ਟੀਵੀ ਗੁਰਦਾਸਾ ਡਿਜੀਟਲ ਐਡੀਸ਼ਨ ਪੜਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ